ਹਾਂਜੀ ਵੀ ਸਭ ਤੋਂ ਪਹਿਲਾਂ ਤਾਂ ਮੈਨੂੰ ਦੇਖਣ ਵਾਲੇ ਸੁਣਨ ਵਾਲੇ ਮੇਰੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਮੈਂ ਤੁਹਾਡਾ ਆਪਣਾ ਸੰਤਾਲੀ ਵਾਲਾ ਇੱਕ ਵਾਰੀ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ। ਹੋ ਸਕਦਾ ਅੱਜ ਦੀ ਇਹ ਸ਼ੋਰਟ ਜੀ ਵੀਡੀਓ ਕਈਆਂ ਨੂੰ ਮਾੜੀ ਲੱਗੇ, ਕਈਆਂ ਨੂੰ ਚੰਗੀ ਲੱਗੇ, ਅਤੇ ਜਿਨ੍ਹਾਂ ਨੂੰ ਚੰਗੀ ਲੱਗੇ ਉਹ ਸ਼ੇਅਰ ਜ਼ਰੂਰ ਕਰਿਓ। ਗੱਲ ਇੱਦਾਂ ਆ ਕਿ ਕੋਈ ਇੱਕ ਜਸੂਸ ਪੂਰੇ ਲਸ਼ਕਰ ਦੇ ਸਿਰ ਲਵਾ ਦਿੰਦਾ ਹੁੰਦਾ ਅਤੇ ਕੋਈ ਇੱਕ ਗੱਦਾਰ ਬੰਦਾ ਆਪਦੀ ਸਾਰੀ ਕੌਮ ਨੂੰ ਜਾਨੋਂ ਮਰਵਾ ਦਿੰਦਾ ਹੁੰਦਾ। ਪਰ ਅੱਜ ਕੱਲ੍ਹ ਤਾਂ ਉਹਨਾਂ ਗੱਦਾਰਾਂ ਦੇ ਸਿਰਾਂ 'ਤੇ ਪੱਗਾਂ ਬੰਨੀਆਂ ਜਾ ਰਹੀਆਂ, ਉਹਨਾਂ ਗੱਦਾਰਾਂ ਨੂੰ ਬੜੀ ਇੱਜ਼ਤ ਮਿਲ ਰਹੀ ਹੈ, ਬੜੇ ਵੱਡੇ ਥਾਂ 'ਤੇ ਰੱਖਿਆ ਜਾ ਰਿਹਾ। ਮੈਂ ਗੱਲ ਕਰ ਰਿਹਾ ਰਵਨੀਤ ਬਿੱਟੂ ਬਾਰੇ। ਰਵਨੀਤ ਬਿੱਟੂ ਨਹੀਂ ਇਕੱਲਾ ਪੰਜਾਬ 'ਚ ਐਸਾ ਜਿਹਨੇ ਸਾਡੇ ਪੰਜਾਬ ਦੀਆਂ ਜੜ੍ਹਾਂ ਵੱਢੀਆਂ, ਜਿਹਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹੇ ਲਾਇਆ। ਮੈਂ ਕਹਿੰਦਾ ਰਵਨੀਤ ਬਿੱਟੂ ਵਰਗੇ ਹੋਰ ਵੀ ਕਈ ਐਸੇ ਦੋਗਲੇ ਦੱਲੇ ਸਿਆਸਤਦਾਨ ਨੇ, ਭਗਵੰਤ ਮਾਨ ਦੇਖ ਲਓ, ਤੁਸੀਂ ਸੁਖਬੀਰ ਬਾਦਲ ਦੇਖ ਲਓ, ਕਈਆਂ ਨੇ ਤਾਂ ਨਸ਼ਿਆਂ ਦੇ ਲਾਲਾ ਸਾਡੇ ਨੌਜਵਾਨ ਖਤਮ ਕਰਤੇ, ਅਤੇ ਕਈਆਂ ਨੇ ਝੂਠੇ ਇਨਕਾਊਂਟਰ ਕਰ ਕਰ ਸਾਡੇ ਨੌਜਵਾਨ ਖਤਮ ਕਰਤੇ, ਕਈਆਂ ਨੇ ਝੂਠੇ ਪਰਚੇ ਪਵਾ ਪਾ ਸਾਡੇ ਨੌਜਵਾਨਾਂ ਨੂੰ ਪੱਕਾ ਪੱਕਾ ਉਮਰ ਕੈਦ ਲਈ ਜੇਲ੍ਹਾਂ 'ਚ ਡਾਕ ਦਿੱਤਾ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਵੱਖਰਾ ਵੱਖਰਾ ਤਾਣਾ ਫੜ ਕੇ ਦੇਖ ਲਓਗੇ ਨਾ, ਪਿੱਛੋਂ ਜੜ੍ਹ ਇਹਨਾਂ ਦੀ ਇੱਕ ਆ, ਅਤੇ ਇਹ ਉਹ ਜੜ੍ਹਾਂ ਨੇ ਜਿਹੜੀਆਂ ਸਾਡੇ ਪੰਜਾਬ ਦੀਆਂ ਜੜ੍ਹਾਂ ਵੱਢ ਰਹੀਆਂ ਨੇ, ਅਤੇ ਇਹ ਉਹ ਨਸੂਰ ਨੇ ਸਾਡੇ ਪੰਜਾਬ ਦੇ ਸੀਨੇ 'ਤੇ ਲੱਗੇ ਹੋਏ ਜਿਹੜੇ ਹੌਲੀ ਹੌਲੀ ਸਾਡੇ ਪੰਜਾਬ ਨੂੰ ਕੈਂਸਰ ਦੀ ਤਰਫ ਲੈ ਕੇ ਜਾ ਰਹੇ ਨੇ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਸਾਡੇ ਉਹ ਪੰਜਾਬ ਦੇ ਲੋਕ ਇਹਨਾਂ ਦੀ ਆਓ ਭਗਤ ਕਿਉਂ ਕਰਦੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਪਤਾ ਕਿ ਇਹ ਲੋਕ ਸਾਡੇ ਪੰਜਾਬ ਦੇ ਕਦੀ ਹੋਏ ਹੀ ਨਹੀਂ। ਇਹ ਉਹ ਲੋਕ ਨੇ ਜਿਹੜੇ ਇਲੈਕਸ਼ਨਾਂ ਦੇ ਦਿਨਾਂ 'ਚ ਆ ਕੇ ਪੰਜਾਬੀਆਂ ਦੇ ਨਾਲ ਖੜਨ ਦਾ, ਪੰਜਾਬੀਆਂ ਦੇ ਨਾਲ ਟੁਰਨ ਦਾ ਗੱਲਾਂ ਬਾਤਾਂ ਕਰਦੇ ਨੇ, ਅਤੇ ਬਾਅਦ 'ਚ ਦਿੱਲੀ 'ਚ ਝੋਲੀ 'ਚ ਜਾ ਕੇ ਬਹਿ ਜਾਂਦੇ ਨੇ। ਕਿਸੇ ਇੱਕ ਬੰਦੇ ਨੇ ਵੀ ਇਹਨਾਂ ਦੇ ਵਿੱਚੋਂ ਪੰਜਾਬ 'ਚ ਇਹ ਜਿਹੜੀ ਐਮਰਜੈਂਸੀ ਕੰਗਣਾ ਰਣੌਤ ਨੇ ਫਿਲਮ ਬਣਾਈ ਆ ਉਹਦੇ ਵਿੱਚ ਕੀ ਦਿਖਾਇਆ ਗਿਆ, ਮੈਂ ਤੁਹਾਨੂੰ ਉਸ ਫਿਲਮ ਦਾ ਕੰਸੈਪਟ ਵੀ ਦੱਸ ਦਿੰਦਾ। ਇਹ ਐਮਰਜੈਂਸੀ ਜਿਹੜੀ ਫਿਲਮ ਆ ਰਹੀ ਆ, ਚਲੋ ਆਪਾਂ ਇਹਨਾਂ ਗੱਦਾਰਾਂ ਵੱਲ ਵੀ ਆਵਾਂਗੇ, ਪਹਿਲਾਂ ਤੁਸੀਂ ਇਹ ਸੁਣ ਲਓ ਵੀ ਜਿਹੜੀ ਐਮਰਜੈਂਸੀ ਇਸ ਕੰਗਣਾ ਰਣੌਤ ਦੀ ਫਿਲਮ ਆ ਰਹੀ ਆ ਉਹ ਲਿਖੀ ਵੀ ਕੰਗਣਾ ਰਣੌਤ ਨੇ, ਪ੍ਰੋਡਿਊਸ ਯਾਨੀ ਕਿ ਸਾਰਾ ਪੈਸਾ ਵੀ ਕੰਗਣਾ ਰਣੌਤ ਨੇ ਲਾਇਆ, ਉਹਦੀ ਸਟੋਰੀ ਉਹਦੀ ਡਾਇਰੈਕਸ਼ਨ ਵੀ ਇਸੇ ਕੰਗਣਾ ਰਣੌਤ ਨੇ ਕੀਤੀ ਆ। ਅਤੇ ਇਸ ਫਿਲਮ ਦੇ ਵਿੱਚ ਦਿਖਾਇਆ ਕੀ ਜਾ ਰਿਹਾ ਵੀ ਸਿੱਖ ਜਿਹੜੇ ਹਿੰਦੂਆਂ ਨੂੰ ਬੱਸਾਂ ਤੋਂ ਲਾਹ ਲਾਹ ਮਾਰਦੇ ਨੇ, ਹਿੰਦੂਆਂ ਨੂੰ ਮਾਰ ਰਹੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਖਿਲਾਫ ਬਕਵਾਸ ਕੀਤੀ ਹੈ, ਪੰਜਾਬ ਦੇ ਖਿਲਾਫ ਨਫ਼ਰਤ ਫੈਲਾਈ ਹੈ, ਤਾਂ ਕਿ ਪੰਜਾਬ ਦੇ ਖਿਲਾਫ ਸਾਰੇ ਮੁੱਦੇ ਸਾਰੀਆਂ ਗੱਲਾਂ ਬਾਤਾਂ ਪੰਜਾਬ ਦੇ ਖਿਲਾਫ ਹੋਣ, ਕਿ ਪੰਜਾਬ ਦੇ ਲੋਕਾਂ ਨੂੰ ਇੰਨੀ ਵਿਹਲ ਹੀ ਨਾ ਮਿਲੇ ਕਿ ਉਹ ਆਪਣੇ ਹੱਕਾਂ ਦੀ ਗੱਲ ਕਰ ਸਕਣ। ਤੁਸੀਂ ਇਹ ਸੋਚ ਕੇ ਦੇਖੋ ਜ਼ਰਾ ਇੱਕ ਵਾਰੀ, ਜ਼ਰਾ ਇੰਨੀ ਕੁ ਗੱਲ ਸੋਚ ਕੇ ਦੇਖੋ ਕਿ ਜਦੋਂ ਇਹ ਫਿਲਮ ਇਹਨਾਂ ਨੇ ਪੂਰੇ ਭਾਰਤ ਦੇ ਵਿੱਚ ਚਲਾਉਣੀ ਆ ਤਾਂ ਕਿੰਨੀ ਕੁ ਨਫ਼ਰਤ ਸਿੱਖਾਂ ਦੇ ਬਾਰੇ ਫੈਲੂਗੀ। ਲੋਕ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਜਿਹੜੇ ਬਾਂਦਰ ਬੈਠੇ ਹੋਏ ਨੇ ਟ੍ਰੋਲ ਕਰਦੇ ਨੇ ਸਾਨੂੰ ਪੰਜਾਬੀਆਂ ਨੂੰ, ਇਹ ਤਾਂ ਪਹਿਲਾਂ ਹੀ ਸਿੱਖਾਂ ਨੂੰ ਮਾੜਾ ਸਮਝਦੇ ਨੇ, ਹੁਣ ਇਹ ਜਿਹੜੀ ਨਫ਼ਰਤ ਦੀ ਨਵੀਂ ਅੱਗ ਇਸ ਕੰਗਣਾ ਰਣੌਤ ਨੇ ਲਾਈ ਆ, ਜਿਹੜੀ ਆਉਣ ਵਾਲੀ ਇਹਦੀ ਐਮਰਜੈਂਸੀ ਫਿਲਮ ਆ ਜਿਹਦੇ ਵਿੱਚ ਸਾਰਾ ਕੁਛ ਸਿੱਖਾਂ ਦੇ ਖਿਲਾਫ ਹੀ ਜਾ ਰਿਹਾ, ਸਿੱਖਾਂ ਦੇ ਖਿਲਾਫ 84 ਦੇ ਦੰਗਿਆਂ 'ਤੇ ਬਣੀ ਹੋਈ ਕੋਈ ਵੀ ਇੱਕ ਸਟੋਰੀ, ਕੋਈ ਵੀ ਇੱਕ ਐਸਾ ਇੱਕ ਓਰਿਜਿਨਲ ਅਸਲ ਸਟੋਰੀ 'ਤੇ ਰੀਅਲ ਬੇਸ 'ਤੇ ਬਣੀ ਹੋਈ ਸਟੋਰੀ ਜਿਹੜੀ ਇਹਨਾਂ ਲੋਕਾਂ ਨੇ ਚੱਲਣ ਦਿੱਤੀ ਹੋਵੇ ਮੈਨੂੰ ਅੱਜ ਤੱਕ ਤੁਸੀਂ ਦਿਖਾ ਦਿਓ। ਇਸ ਫਿਲਮ ਦੇ ਬਾਰੇ ਸੈਂਸਰ ਬੋਰਡ ਨੇ ਵੀ ਕੋਈ ਐਕਸ਼ਨ ਨਹੀਂ ਲਿਆ, ਇਸ ਫਿਲਮ ਨੂੰ ਸਿਰਫ ਇੱਕ ਹਥਿਆਰ ਬਣਾ ਕੇ ਪੂਰੇ ਭਾਰਤ 'ਚ ਵਰਤਿਆ ਗਿਆ, ਤਾਂ ਕਿ ਵਰਤਿਆ ਜਾਊਗਾ ਤਾਂ ਕਿ ਸਾਰੇ ਭਾਰਤ ਦੇ ਜਿੰਨੇ ਵੀ ਆਹ ਲਿੰਡੂ ਰਾਸ਼ਟਰ ਬਣਾਉਣ ਵਾਲੇ ਨੇ, RSS ਵਾਲੇ ਨੇ, ਆਹ ਮੋਦੀ ਦੀ ਪਾਰਟੀ ਹੋ ਗਈ ਹੈ, ਆਹ ਜਿੰਨੇ ਵੀ ਇਹ ਭਗਵੰਤ ਮਾਨ ਨੇ ਸਾਰੇ ਇੱਕੋ ਹੀ ਨੇ। ਤੁਸੀਂ ਇਹ ਦੇਖ ਲਓ ਹੁਣ ਇਹ ਜਿਹੜੀ ਟੰਗਣਾ, ਇਹ ਜਿਹੜੀ ਕੰਗਣਾ ਰਣੌਤ ਹੈ, ਇਹ ਹੈ ਤਾਂ BJP ਦੀ, ਪਰ ਇਹਨੇ ਫਿਲਮ ਕਿਹਤੇ ਬਣਾਈ ਇੰਦਰਾ ਗਾਂਧੀ 'ਤੇ, ਹੈ ਨਾ। ਪੂਰੇ ਸਾਰਾ ਕੁਛ ਇਹਨਾਂ ਦਾ ਜੋੜ ਮੇਲ ਤਾਲਮੇਲ ਜਿਹੜਾ ਨਾ ਉਹ ਇੱਕੋ ਹੀ ਆ, ਪਿੱਛੋਂ ਜਾ ਕੇ ਮਿਲਦਾ ਹੋਇਆ ਕਿ ਪੰਜਾਬ ਦੇ ਖਿਲਾਫ
ਨਫ਼ਰਤ ਉਗਲਣਾ, ਪੰਜਾਬ ਦੇ ਖਿਲਾਫ ਜ਼ਹਿਰ ਉਗਲਣਾ। ਆਈ ਟੀ ਸੈੱਲ ਇਹਨਾਂ ਦਾ ਜਿੰਨਾ ਵੀ ਬੈਠਾ ਹੋਇਆ ਸਾਰਾ ਉਹ ਪੋਸਟਾਂ ਵਾਇਰਲ ਕਰਨਗੇ ਜਿਹਦੇ ਵਿੱਚ ਪੰਜਾਬ ਦੇ ਖਿਲਾਫ ਨਫ਼ਰਤ ਅੰਗੇਜ਼ ਮਵਾਦ ਮਟੀਰੀਅਲ ਫੈਲਾਇਆ ਜਾਵੇ, ਜਿਹਦੇ ਵਿੱਚ ਪੰਜਾਬ ਦੀ ਨਫ਼ਰਤ ਸ਼ੋਅ ਕੀਤੀ ਜਾਵੇ। ਬਲਕਿ ਇੱਕ ਛੋਟੀ ਜਿਹੀ ਵੀ ਕੋਈ ਕਲਿੱਪ ਇੱਦਾਂ ਦੀ ਮਿਲਦੀ ਹੈ ਤਾਂ ਉਹਨੂੰ ਇੰਨਾ ਕੁ ਰਾਤੋ ਰਾਤ ਵਾਇਰਲ ਕੀਤਾ ਜਾਂਦਾ ਤਾਂ ਕਿ ਸਿੱਖਾਂ ਦੇ ਖਿਲਾਫ ਲੋਕ ਹੋਰ ਭੜਕਣ, ਪੰਜਾਬ ਦੇ ਖਿਲਾਫ ਹੋਰ ਹੋ ਜਾਣ। ਹੁਣ ਤੁਸੀਂ ਇਹ ਹਿਸਾਬ ਲਾ ਲਓ ਜਦੋਂ ਇਹ ਫਿਲਮ ਪੂਰੇ ਭਾਰਤ ਦੇ ਵਿੱਚ ਚੱਲਣੀ ਆ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਕਿੰਨੀ ਕੁ ਨਫ਼ਰਤ ਭਰੀ ਜਾਊਗੀ। ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਕਹਿ ਚੁੱਕਿਆ ਕਿ ਇਹ ਹੌਲੀ ਹੌਲੀ ਉਹ ਇੰਜੈਕਸ਼ਨ ਆਪਦੀ ਜਨਤਾ ਨੂੰ ਲਾਉਣਗੇ, ਜਿਨ੍ਹਾਂ ਇੰਜੈਕਸ਼ਨਾਂ ਦਾ ਅਸਰ ਉਹਨਾਂ ਜਨਤਾ 'ਤੇ ਹੋਊਗਾ ਅਤੇ ਉਹ ਪੰਜਾਬ ਨਾਲ ਨਫ਼ਰਤ ਕਰਨਗੇ। ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਕਿਸੇ ਗੱਲ ਦਾ ਵੀ ਨਹੀਂ ਪਤਾ, ਜਿਨ੍ਹਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਕਿਹੜੀ ਸਾਈਡ 'ਤੇ ਪੈਂਦਾ, ਉਹ ਲੋਕ ਵੀ ਪੰਜਾਬ ਤੋਂ ਹੁਣ ਨਫ਼ਰਤ ਕਰਨਗੇ। ਅਤੇ ਇਸ ਬਾਰੇ ਕਿਸੇ ਰਵਨੀਤ ਬਿੱਟੂ ਵਰਗੇ ਨੇ ਆਵਾਜ਼ ਨਹੀਂ ਚੁੱਕਣੀ, ਕਿਸੇ ਭਗਵੰਤ ਮਾਨ ਵਰਗੇ ਨੇ ਆਵਾਜ਼ ਨਹੀਂ ਚੁੱਕਣੀ, ਕਿਸੇ ਸੁਖਬੀਰ ਬਾਦਲ ਵਰਗੇ ਨੇ ਆਵਾਜ਼ ਨਹੀਂ ਚੁੱਕਣੀ, ਕੋਈ ਐਸਾ ਬਿਆਨ ਜਿਹਦੇ 'ਤੇ ਇਹ ਡਟ ਕੇ ਖੜ੍ਹੇ ਹੋ ਜਾਣ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ 'ਚੋਂ ਕੋਈ ਇੱਕ ਦੋਗਲਾ ਦੱਲਾ ਸਿਆਸੀ ਬਿਆਨ ਦੇ ਕੇ ਆਪਣੀ ਜਾਨ ਛੁਡਵਾ ਦੇ ਹੋਵੇ, ਪਰ ਉਸ ਬਿਆਨ 'ਤੇ ਡਟੇ ਰਹਿਣਾ ਇਹਨਾਂ ਦੇ ਵੱਸ ਦਾ ਕੰਮ ਹੈ, ਇਹ ਨਹੀਂ ਖੜ੍ਹੇ ਹੋ ਸਕਦੇ। ਕਿਉਂਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਖਾ ਕੇ, ਪੰਜਾਬ ਦਾ ਪੀ ਕੇ, ਪੰਜਾਬ 'ਚ ਖੜ੍ਹ ਕੇ, ਪੰਜਾਬ ਦੇ ਲੋਕਾਂ 'ਚੋਂ ਵੋਟ ਲੈ ਕੇ ਪੰਜਾਬ ਦੇ ਨਹੀਂ ਬਣੇ, ਉਹ ਭਲਾ ਇੱਦਾਂ ਦੀ ਸਿਚੁਏਸ਼ਨ 'ਚ ਪੰਜਾਬ ਦੇ ਬਣਦੇ ਨੇ? ਫੈਸਲਾ ਤੁਹਾਡਾ ਆਪਣਾ, ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦੀ ਇਸ ਵੀਡੀਓ ਬਾਰੇ, ਅੱਜ ਦੇ ਇਸ ਮੁੱਦੇ ਬਾਰੇ ਤੁਹਾਡਾ ਕੀ ਕਹਿਣਾ? ਬਾਕੀ ਪੰਜਾਬੀਓ, ਮਿਲਦੇ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖਿਓ, ਹੱਸਦੇ ਰਹੋ, ਵੱਸਦੇ ਰਹੋ, ਹਾਲ ਦਿਲਾਂ ਦੇ ਦੱਸਦੇ ਰਹੋ, ਸਿਰਾਂ 'ਚ ਤੇਲ ਚੱਸਦੇ ਰਹੋ। ਮੈਂ ਤੁਹਾਡਾ ਆਪਣਾ ਸੰਤਾਲੀ ਵਾਲਾ, ਲਵ ਯੂ ਆਲ। ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਯਾਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕੋਈ ਵੀ ਇੱਦਾਂ ਦੀ ਵੀਡੀਓ ਹੁੰਦੀ ਆ। ਬਾਕੀ ਲਵ ਯੂ ਆਲ, ਰੱਬ ਰੱਖਾ ਜੀ।